ਇੱਥੇ ਵੀ ਤਾਂ ਕਈ ਤਰ੍ਹਾਂ ਦੀ ਕਲਾਸ ਸੀ, ਹੈ ਨਾ। ਇੱਥੇ ਰਿਆਸਤਾਂ ਸਨ, ਮਹਾਰਾਜੇ ਸਨ, ਫਿਰ ਉਸ ਤੋਂ ਬਾਅਦ ਜਾਗੀਰਦਾਰ ਅਤੇ ਹੋਰ ਅਮੀਰ ਪਰਿਵਾਰ, ਵੱਡੇ ਸਰਦਾਰ ਵੀ ਸਨ, ਉਸ ਤੋਂ ਬਾਅਦ ਫਿਰ ਆਮ ਲੋਕ ਵੀ ਸਨ। ਮਤਲਬ ਤਿੰਨਾਂ 'ਤੇ ਜਿਹੜਾ ਵੈਸਟਰਨ ਅੰਗਰੇਜ਼ਾਂ ਦੇ ਇਸ ਤਰ੍ਹਾਂ ਦਾ ਜੋ ਪ੍ਰਭਾਵ ਹੈ ਉਹ ਬਰਾਬਰ ਪਿਆ, ਜਾਂ ਮਤਲਬ ਕਿ ਉਹ ਰੋਇਲ ਫੈਮਿਲੀ 'ਚ ਵੱਖਰਾ ਸੀ ਅਤੇ ਆਮ ਲੋਕਾਂ 'ਚ ਉਹ ਪ੍ਰਭਾਵ ਇੱਕ ਸੀਮਤ ਦਾਇਰੇ ਤੱਕ ਸੀ? ਇਹ ਗੱਲ ਸਹੀ ਹੈ ਕਿ ਉਹ ਐਜੂਕੇਟਡ ਕਲਾਸ, ਰੋਇਲਟੀ ਸ਼ਹਿਰਾਂ ਵਿੱਚ ਜ਼ਿਆਦਾ ਸੀਗਾ, ਪਿੰਡਾਂ ਵਿੱਚ ਘੱਟ ਸੀਗਾ। ਔਰ ਇਹਦੇ ਵਿੱਚ ਇੱਕ ਮੈਂ ਇਹ ਵੀ ਮੈਨਸ਼ਨ ਕਰਨਾ ਚਾਹੁੰਦੀ ਹਾਂ ਕਿ ਸਾਰੇ ਲੋਕ ਪ੍ਰਭਾਵਿਤ ਨਹੀਂ ਹੋਏ। ਇੱਕ ਸੈਕਸ਼ਨ ਪਾਪੂਲੇਸ਼ਨ ਦਾ, ਕਾਫੀ ਵੱਡਾ ਸੈਕਸ਼ਨ ਇਹ ਵੀ ਸੀਗਾ ਜਿਹੜੇ ਕਿ ਵੈਸਟਰਨ ਕੱਪੜੇ ਨਹੀਂ ਸੀ ਪਾਉਂਦੇ, ਜਿਵੇਂ ਪਿੰਡਾਂ ਵਿੱਚ ਜਾਂ ਜੋ ਵੀ ਕਹਿ ਲਓ, ਜਾਂ ਉਹ ਨਹੀਂ ਸੀ ਪਾਉਂਦੇ, ਉਹ ਪ੍ਰਭਾਵਿਤ ਨਹੀਂ ਹੋਏ। ਪਰ ਇਹ ਵੀ ਸੱਚ ਹੈ ਕਿ ਬਹੁਤ, ਜਿਵੇਂ ਆਪਾਂ ਅੱਜ ਹਾਂ, ਆਪਾਂ ਮੇਜ਼ ਕੁਰਸੀ 'ਤੇ ਬੈਠਦੇ ਹਾਂ, ਅੰਗਰੇਜ਼ੀ ਬੋਲਦੇ ਹਾਂ, ਕਾਂਟੇ ਛੁਰੀ ਨਾਲ ਖਾਣਾ ਖਾਂਦੇ ਹਾਂ, ਜਿਵੇਂ ਲੋਕ ਕਲੱਬਸ 'ਚ ਜਾਂਦੇ ਆ, ਉਹ ਸਭ। ਜਿਵੇਂ ਇੱਕ ਹੋਰ ਗੱਲ ਹੈ ਕਿ ਜਿਵੇਂ ਪਹਿਲਾਂ ਤਾਂ ਇੱਕ ਗੱਲ ਇਹ ਸੀ ਕਿ ਲੋਕ ਸਵੇਰੇ ਕੱਪੜਾ ਪਾ ਲੈਂਦੇ ਸੀਗੇ ਔਰ ਉਹ ਸ਼ਾਮ ਤਾਈਂ ਉਹ ਹੀ ਰਹਿੰਦਾ ਸੀਗਾ। ਪਰ ਜਿਵੇਂ ਇਹ ਇੱਕ ਵੈਸਟਰਨ ਅਰਿਸਟੋਕ੍ਰੇਸੀ ਨਾਲ ਇੱਕ ਕੌਨਸੈਪਟ ਆਇਆ ਕਿ ਹਰ ਇੱਕ ਟਾਈਮ ਦੇ ਲਈ ਉਹ ਫਰਕ ਡਰੈਸ ਹੁੰਦੀ ਆ, ਉਹ ਫਿਰ ਅਪਰ ਕਲਾਸ ਪੰਜਾਬ ਵਿੱਚ ਔਰ ਸਿਟੀਜ਼ ਵਿੱਚ ਟੂ ਸਮ ਐਕਸਟੈਂਟ ਉਹ ਫਿਲਟਰ ਡਾਊਨ ਹੋਇਆ ਆ। ਜਿਵੇਂ ਸ਼ਿਕਾਰ ਦੀ ਡਰੈਸ ਹੋਰ ਸੀਗੀ, ਬੈਡਮਿੰਟਨ ਖੇਡਣਾ ਉਹਦੀ ਹੋਰ ਸੀਗੀ, ਇਵੇਂ ਸ਼ਾਮ ਨੂੰ ਡਿਨਰ ਲਈ ਜਾਣਾ ਉਹ ਹੋਰ ਸੀਗੀ। ਇਹ ਇੱਕ ਬਹੁਤ ਇੰਪੋਰਟੈਂਟ ਸੀਗਾ ਬ੍ਰਿਟਿਸ਼ਰਸ ਲਈ ਕਿ ਡਰੈਸਿੰਗ ਅਪ ਫੋਰ ਡਿਨਰ, ਕਿਉਂਕਿ ਉਹ ਥੋੜ੍ਹਾ ਆਪਣਾ ਅੰਤਰ ਰੱਖਣਾ ਚਾਹੁੰਦੇ ਸੀਗੇ, ਕਿ ਉਹ ਇਹ ਨਹੀਂ ਸੀ ਚਾਹੁੰਦੇ ਕਿ ਬਹੁਤ ਕੈਜੂਅਲ ਹੋ ਜਾਣ, ਔਰ ਥੋੜ੍ਹਾ ਆਪਣਾ, ਆਈ ਵੋਂਟ ਸੇ ਅੰਤਰ, ਬਟ ਥੋੜ੍ਹੀ ਉਹ, ਇਟ ਵਾਜ਼ ਇੰਪੋਰਟੈਂਟ ਟੂ ਦੈਮ ਕਿ ਉਹ ਡਰੈਸ ਅਪ ਫੋਰ ਡਿਨਰ। ਇਨਫੈਕਟ ਇੱਕ ਸਟੋਰੀ ਹੈਗੀ ਆ ਕਿ ਇੱਕ ਬ੍ਰਿਟਿਸ਼ ਆਫਿਸਰ ਜੰਗਲ ਵਿੱਚ ਉਹ ਜਾ ਕੇ ਕੈਂਪ ਕਰਦੇ ਸੀਗੇ, ਤਾਂ ਉਹਦੇ ਵਿੱਚ ਉਹਨੂੰ ਇੰਸਟਰਕਸ਼ਨ ਸੀਗੀਆਂ ਕਿ ਜਿਹੜਾ ਉਹਨਾਂ ਦਾ ਵੇਟਰ ਸੀ ਜਾਂ ਬੇਅਰਰ ਸੀ, ਕਿ ਉਹਨੂੰ ਕਹਿੰਦਾ ਖਾਣਾ ਸ਼ੁੱਡ ਬੀ ਲੇਟ ਡਾਊਨ, ਇਸ ਤਰ੍ਹਾਂ ਖਾਣਾ ਹੋਣਾ ਚਾਹੀਦਾ ਆ ਲੇਟ ਟੇਬਲ, ਕਿ ਜਿਵੇਂ ਕੋਈ ਆ ਰਿਹਾ ਆ, ਕੋਈ ਗੈਸਟ ਆ ਰਿਹਾ। ਔਰ ਉਹ ਵੀ ਜਦੋਂ ਸ਼ਾਮ ਨੂੰ ਡਿਨਰ ਲਈ ਉਹ ਐਨ ਸੂਟ ਬੂਟ ਪਾ ਕੇ ਉਹ ਤਾਂ ਡਿਨਰ ਲਈ ਜਾਂਦੇ ਸੀਗੇ। ਔਰ ਇਹ ਚੀਜ਼ ਫਿਲਟਰ ਡਾਊਨ ਹੋਈ ਆ ਇੰਡੀਅਨ ਬਿਊਰੋਕ੍ਰੇਸੀ ਵਿੱਚ, ਜਿਹੜੇ ਆਫਿਸਰ ਸੀਗੇ। ਮੈਂ ਬਹੁਤ ਸਾਰੇ ਕਈ ਲੋਕਾਂ ਨੂੰ ਜਾਣਦੀ ਹਾਂ ਜਿਨ੍ਹਾਂ ਦੇ ਫੈਮਿਲੀ ਦੇ, ਜਿਵੇਂ ਦੇ ਦਾਦਾ ਜਾਂ ਨਾਨਾ ਜਾਂ ਫਾਦਰ ਉਹ ਸਿਵਲ ਸਰਵੈਂਟ ਸੀਗੇ, ਕਹਿੰਦੇ ਕਿ ਉਹ ਸਾਨੂੰ, ਮਤਲਬ ਇਟ ਵਾਜ਼ ਅ ਨੋਰਮ ਕਿ ਸ਼ਾਮ ਨੂੰ ਜਿਹੜਾ ਡਿਨਰ ਹੈ ਤਾਂ ਉਹਦੇ 'ਚ ਜੈਕਟ, ਟਾਈ ਔਰ ਲੇਡੀਜ਼ ਨੂੰ ਐਂਡ ਡਰੈਸ ਅਪ ਹੋ ਕੇ ਆਉਣਾ ਸੀਗਾ। ਸੋ ਇਹ ਫਰਕ ਤਾਂ ਹੋਇਆ ਆ।